ਵੇਲੇ ਦੀ ਇੱਕ ਵੱਡੀ ਖਬਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦਾ ਯਾਤਰੀ ਜਹਾਜ਼ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਏਅਰਪੋਰਟ ਤੇ ਕ੍ਰੈਸ਼ ਹੋ ਗਿਆ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਿਕ ਹੁਣ ਤੱਕ 17 ਲੋਕਾਂ ਨੂੰ ਬਚਾਇਆ ਜਾ ਸਕਿਆ। ਜਹਾਜ਼ ਵਿੱਚ ਕੁੱਲ 67 ਯਾਤਰੀ ਸਵਾਰ ਸਨ। ਤੁਹਾਨੂੰ ਦੱਸ ਦਈਏ ਕਿ ਕਾਠਮਾਂਡੂ ਏਅਰਪੋਰਟ ਤੇ ਉਤਰਦੇ ਸਮੇਂ ਇਹ ਜਹਾਜ਼ ਆਪਣਾ ਸੰਤੁਲਨ ਗਵਾ ਬੈਠਾ, ਜਿਸ ਕਾਰਨ ਇਹ ਹਾਦਸਾ ਹੋ ਗਿਆ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਭੇਜਿਆ ਗਿਆ ਅਤੇ ਘਟਨਾ ਵਾਲੀ ਸਥਾਨ ਤੇ ਬਚਾਅ ਦਾ ਕੰਮ ਜਾਰੀ ਹੈ। ਵੱਡੀ ਖਬਰ ਆ ਰਹੀ ਹੈ, ਬੰਗਲਾਦੇਸ਼ ਦਾ ਯਾਤਰੀ ਜਹਾਜ਼ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਏਅਰਪੋਰਟ ਤੇ ਉਤਰਦੇ ਸਮੇਂ ਕ੍ਰੈਸ਼ ਹੋ ਗਿਆ। ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਚੈਨਲ ਪੰਜਾਬ ਦੇ ਨਾਲ।